ਕੰਮ ਜ਼ਰੂਰ ਕਰਨਾ ਕਿਹੜਾ ਨਾਮ ਜਪਣਾ ਕਿਉਂਕਿ ਜਪੇ ਬਿਨਾ ਸਾਰੀਆਂ ਸੇਵਾ ਨੂੰ ਫਲ ਸੰਪੂਰਨ ਨਾ ਲੱਗੇਗਾ ਇਸ ਵਾਸਤੇ ਜਪਣਾ ਮੁੱਖ ਹੈ ਜਪਣਾ ਹੈ ਬੀਜ ਧਰਤੀ ਸਵਾਰੋ ਹਲ ਵਾਹੋ ਪਾਣੀ ਦਿਓ ਪਰ ਜੇ ਬੀਜ ਹੀ ਨਹੀਂ ਬੀਜਿਆ ਤਾਂ ਫਿਰ ਜੰਮੇਗਾ ਬੀਜ ਬੀਜਣ ਨਾਲ ਬੜੀ ਲੋੜ ਹੈ ਵੀ ਧਰਤੀ ਸਵਾਰੀ ਹੋਵੇ ਤੇ ਪਾਣੀ ਲੱਗਾ ਹੋਵੇ ਜੈਸੇ ਧਰਤੀ ਸਾਧੇ ਬਹੁਵਿਧ ਪਰ ਬਿਨ ਬੀਜੇ ਨਹੀਂ ਜਾਂਦਾ ਬਿਨ ਬੀਜਿਆ ਨਹੀਂ ਜੰਮਦਾ ਇਹ ਬੀਜ ਬੀਜਣਾ ਅਤ ਜ਼ਰੂਰੀ ਹੈ ਤੇ ਬੀਜ ਹੈ ਨਾਮ ਨਾਮ ਬੀਜ ਸੰਤੋਖ ਸੁਹਾਗਾ ਬੀਜ ਬੀਜ ਕੇ ਉੱਤੇ ਸੁਹਾਗਾ ਫੇਰੀ ਦਾ ਸੰਤੋਖ ਦਾ ਸੁਹਾਗਾ ਸੰਤੋਖ ਨਹੀਂ ਆਇਆ ਆ ਗਿਆ ਲਾਲਚ ਨਾਮ ਜਪਿਆ ਤੇ ਮੰਗ ਲਿਆ ਇਸਦਾ ਫਲ ਮੈਨੂੰ ਆ ਮਿਲੇ ਫਿਰ ਸੁਹਾਗਾ ਨਹੀਂ ਫੇਰਿਆ ਬੀਜ ਬੀਜੀਏ ਸੁਹਾਗਾ ਨਾ ਫੇਰੀਏ ਤਾਂ ਉਹ ਬੀਜ ਉੱਤੋਂ ਕਾਂ ਚਿੜੀਆਂ ਚੁੱਗ ਜਾਂਦੇ ਹਨ
ਬੀਜ ਢੱਕਿਆ ਨਹੀਂ ਜਾਂਦਾ, ਤੇ ਜਿੰਨਾ ਚਿਰ ਬੀਜ ਢੱਕਿਆ ਨਾ ਜਾਏ ਉੱਤੋਂ ਉਹ ਜੰਮਦਾ ਨਹੀਂ, ਅੰਕੁਰ ਨਹੀਂ ਬਣਦਾ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਜੇ ਨਿਰੰਕਾਰ ਗਰੀਬੀ ਵੀ ਦੇਵੇ ਸ਼ੁਕਰ ਮਨਾ ਕੇ ਲੈ ਲੈ, ਪਰ ਮੰਗ ਨਾ ਮੂੰਹੋਂ ਕੁਛ ਨਾ ਕਹੋ, ਪਦਾਰਥਾਂ ਦੀ ਭੁੱਖ ਨਾ ਕਰ, ਸਾਈਂ ਆਪੇ ਦੇਵੇ ਤਾਂ ਝੋਲੀਆਂ ਭਰ ਦੇਵੇ ਬੇਸ਼ਕ, ਪਰ ਜੇ ਨਹੀਂ ਦਿੱਤਾ ਤਾਂ ਸੰਤੋਖ ਰੱਖ। ਗਰੀਬੀ ਵੇਸ ਚੰਗਈ ਅਨਜ ਗਰੀਬੀ ਸਾਧ ਸੰਗ, ਜਿਤ ਮਨ ਸੰਤੋਖ ਆਏ, ਜੇ ਮਨ ਵਿੱਚ ਹੈ ਸੰਤੋਖ ਹੈ ਗਰੀਬੀ ਨਾਲ ਹੈ ਸੰਗਤ ਤਾਂ ਬੜਾ ਆਨੰਦ ਹੈ। ਪਰ ਐਸੋ ਰਾਜ ਨਾ ਕਿਤੇ ਕਾਜ, ਐਸਾ ਰਾਜ ਵੀ ਕਿਸੇ ਕੰਮ ਦਾ ਨਹੀਂ ਜਿਤ ਨਹੇ ਤ੍ਰਿਪਤਾਏ, ਜਿਹਨੂੰ ਪਾ ਕੇ ਬੰਦਾ ਤ੍ਰਿਪਤ ਨਾ ਹੋਵੇ। ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀ, ਪਰ ਨਾਮ ਨਿਰਾ ਨਾਮ ਨਹੀਂ ਨਾਲ ਸੰਤੋਖ ਸੁਹਾਗਾ ਹੋਵੇ। ਗਰੀਬੀ ਵੇਸ ਵਿੱਚ ਹੋਵੇ ਜਪਣ ਵਾਲਾ, ਗਰੀਬੀ ਹਿਰਦੇ ਦੀ ਗਰੀਬੀ ਨਿਮਰਤਾ, ਪਰ ਬਾਕੀ ਸਭ ਕੁਝ ਬੇਸ਼ੱਕ ਕਰੇ, ਪਰ ਜੇ ਨਾਮ ਨਹੀਂ ਤਾਂ ਕੁਛ ਨਹੀਂ। ਇਸ ਵਾਸਤੇ ਆਖਿਆ, ਪੀਏ ਤਾਂ ਪਾਣੀ ਆਣੀ ਮੀਰਾਂ, ਖਾਏ ਤਾਂ ਪੀਸਣ ਜਾਓ, ਜੇ ਤੂੰ ਪੀਵੇ ਮੈਂ ਪਾਣੀ ਲਿਆਵਾਂ, ਜੇ ਤੂੰ ਖਾਏ ਤਾਂ ਮੈਂ ਚੱਕੀ ਪੀਸਾਂ, ਜੇ ਤੂੰ ਆਰਾਮ ਕਰੇ ਤਾਂ ਮੈਂ ਤੇਰੇ ਪੈਰ ਕੁੱਟਾਂ, ਪੱਖਾ ਫੇਰੀ ਪੈਰ ਮਲੋਵਾਂ, ਪਰ ਜਪਤ ਰਹਾਂ ਤੇਰਾ ਨਾਉ, ਜਵਾਨ ਨੂੰ ਵਿਹਲਾ ਨਹੀਂ ਰੱਖਣਾ ਇਸ ਨਾਲ ਜਪਣਾ। ਵਾਹਿਗੁਰੂ ਬੋਲ ਕਦੇ ਪਾਣੀ ਆਣੀ ਮੀਰਾ, ਸੇਵਾ ਵੀ ਕਰਨੀ ਹੈ, ਸੇਵਾ ਕਰਨੀ ਸਾਰੀ, ਅਧੂਰੀ ਨਹੀਂ ਕਰਨੀ, ਸਾਰੀ ਕਰਨੀ। ਸਾਰੀ ਸੇਵਾ ਹੋ ਗਈ, ਪਾਣੀ ਧੋਇਆ, ਚੱਕੀ ਪੀਸੀ, ਪੱਖਾ ਫੇਰਿਆ, ਪੈਰ ਦਬਾਏ, ਸਭ ਸੇਵਾ ਵਿੱਚ ਆ ਗਏ। ਪੀਏ ਤਾਂ ਪਾਣੀ ਆਣੀ ਮੀਰਾ, ਪੀਏ ਤਾਂ ਪਾਣੀ ਆਣੀ ਮੀਰਾ, ਇੰਦਰਪੁਰੀ ਲਖੁਰਾਜ ਨੀਰ ਬਰਾਮਣੀ, ਲੱਖਾਂ ਇੰਦਰਪੁਰੀਆਂ, ਲੱਖਾਂ ਇੰਦਰ ਦੇ ਰਾਜ ਇੰਦਰਾਸਨ ਉਹਨੂੰ ਪ੍ਰਾਪਤ ਹਨ ਜਿਸ ਨੂੰ ਸਾਈ ਨੇ ਆਪਣੇ ਜਲ ਦੀ ਸੇਵਾ ਬਖਸ਼ੀ ਸੀ।
ਬਾਬਾ ਜੀ ਆਖਦੇ ਸਨ ਕੌਣ ਜਾਣਦਾ ਉਸ ਸੁੱਖ ਨੂੰ ਜਿਹੜਾ ਸੁੱਖ ਗੋਦਾਵਰੀ ਚੋਂ ਗਾਗਰ ਲਿਆਉਣ ਵੇਲੇ ਹਜ਼ੂਰ ਸਾਹਿਬ 12 ਸਾਲ ਗਾਗਰ ਟੋਈ ਹੈ। ਉਹ 12 ਸਾਲ ਜਿਵੇਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਣੀ ਟੋਇਆ ਹੈ, ਆਖਿਆ ਪੂਰਨੇ ਗੁਰੂ ਕੇ ਪਾਏ ਹੋਏ ਹਨ, ਅਸੀਂ ਤਾਂ ਉਹਨਾਂ ਤੇ ਫੁੱਲ ਚੜਾਉਣੇ। ਇਹ ਰੀਸ ਨਹੀਂ ਗੁਰੂ ਕੀ। ਕੋਈ ਆਖਦਾ ਜੀ ਗੁਰੂ ਕੀ ਰੀਸ ਅਸੀਂ ਕਰ ਸਕਦੇ? ਗੁਰੂ ਕੀ ਰੀਸ ਨਹੀਂ ਕਰ ਸਕਦੇ, ਅਸੀਂ ਬਈ ਸਿੱਖ ਹਾਂ। ਰੀਸ ਹੁੰਦੀ ਹੈ ਜਿਹੜੀ ਸਾੜੇ ਨਾਲ ਕੀਤੀ ਜਾਏ, ਹਸਦ ਨਾਲ ਕੀਤੀ ਜਾਏ, ਬਈ ਉਹਨੇ ਕੀਤਾ ਮੈਂ ਵੀ ਕਰ ਸਕਦਾ, ਇਹ ਹੈ ਰੀਸ। ਬਾਕੀ ਸਿੱਖ ਨੇ ਗੁਰੂ ਦੀ ਕਾਰ ਕਮਾਉਣੀ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਗੁਰੂ ਕੇ ਸਿੱਖੋ ਮਿੱਤਰੋ ਗੁਰੂ ਦੀ ਚਾਲ ਚੱਲੋ। ਜੋ ਮਾਰਗ ਗੁਰੂ ਨੇ ਅਪਣਾਇਆ ਹੈ ਉਸ ਮਾਰਗ ਤੇ ਚੱਲੋ। ਇਸ ਮਾਰਗ ਚੱਲੋ ਭਾਈ ਅੜੇ, ਗੁਰ ਕਹਿਆ ਸੋ ਕਾਰ ਕਮਾਏਗੀ। ਤਿਆਗੋ ਮਨ ਕੀ ਮਤੜੀ, ਸਾਰੇ ਦੂਜਾ ਪਾਓ ਜੀ। ਮਨ ਦੀ ਮਤ ਤਿਆਗੋ ਹਰ ਜਨ ਹੁਕਮ ਬੂਝ, ਸੁਖ ਪਾਈਐ ਰੇ। ਜੋ ਪ੍ਰਭ ਕਹੇ ਸੋਈ ਭਲ ਮਾਨੋ, ਸੁਖ ਦੁੱਖ ਉਹੀ ਤਿਆਈਐ। ਦੁੱਖ ਵਿੱਚ ਸੁਖ ਵਿੱਚ ਉਸਨੂੰ ਤਿਆਉਣਾ ਜੋ ਗੁਰੂ ਨੇ ਆਖਿਆ, ਸਤ ਬਚਨ ਕਰਕੇ ਮੰਨਣਾ। ਇਹ ਰੀਸ ਨਹੀਂ ਗੁਰੂ ਕੀ, ਇਹ ਗੁਰੂ ਕੇ ਪੂਰਨਿਆਂ ਤੇ ਫੁੱਲ ਚੜਾਉਣੇ। 12 ਸਾਲ ਸੇਵਾ ਕੀਤੀ ਗੁਰੂ ਅਮਰਦਾਸ ਮਹਾਰਾਜ ਨੇ, ਪਾਣੀ ਢੋਇਆ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਦਾ, ਤੇ ਪੂਰਨੇ ਪਾਏ ਗੁਰਸਿੱਖਾਂ ਵਾਸਤੇ। ਗੁਰਸਿੱਖ ਇਹ ਮਾਰਗ ਹੈ ਮਿਲਣ ਦਾ। ਗੁਰੂ ਅਮਰਦਾਸ ਨੇ ਮੰਗਿਆ ਕੁਛ ਨਹੀਂ 12 ਸਾਲ ਸੇਵਾ ਕਰਕੇ, ਪਰ ਦੇਣ ਵਾਲੇ ਨੂੰ ਕਿੱਡਾ ਫਿਕਰ ਹੈ। 12 ਸਾਲ ਜਦੋਂ ਪੂਰੇ ਹੋਏ ਤਾਂ ਸਦਿਆ ਤੇ ਫਿਰ ਗੱਲ ਨਾਲ ਲਾ ਲਿਆ, ਫਿਰ ਆਪਣੇ ਆਸਣ ਤੇ ਬਿਠਾ ਲਿਆ, 5 ਪੈਸੇ ਨਾਰੀਅਲ ਝੋਲੀ ਪਾ ਕੇ ਮੱਥਾ ਟੇਕਿਆ। ਲੈਣੇ ਪਾਈ ਨਾਨਕੋਂ, ਉਹ ਜਿਹੜੀ ਦਾਤ ਪਾਈ ਸੀ ਅੱਜ ਦੇਣੀ ਅਮਰਦਾਸ ਘਰ ਆਈ। ਕਿਉਂ ਦੇਣੀ ਪਈ? ਸੇਵਾ ਨੇ ਮਜਬੂਰ ਕੀਤਾ, ਸੇਵਾ ਨੇ ਆਪਣਾ ਹੱਕ ਮੰਗਿਆ, ਉਹ ਹੱਕ ਦਿੱਤਾ। ਲੈਣੇ ਪਾਈ ਨਾਨਕੋਂ, ਦੇਣੀ ਅਮਰਦਾਸ ਘਰ ਆਈ। ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਸ ਇਲਾਹ। ਸੇਵਾ ਨੂੰ ਕਿੱਡਾ ਭਾਗ ਲੱਗਾ, ਇਲਾਹੀ ਦਾਸ ਪ੍ਰਾਪਤ ਹੋਈ ਕਿਹੜੀ? ਗੁਰਮੁਖਤਾ ਵਾਲੀ। ਬਾਬਾ ਜੀ ਆਖਦੇ ਸਨ ਗੁਰੂ ਨਾਨਕ ਪ੍ਰਗਟਿਆ, ਕਲਯੁਗ ਦੇ ਸਮੇਂ ਗੁਰੂ ਨਾਨਕ ਪ੍ਰਗਟਿਆ ਅਵਤਾਰ ਰਿਹਾ। ਨਹੀਂ, ਗੁਰੂ ਨਾਨਕ ਨਹੀਂ ਪ੍ਰਗਟਿਆ, ਗੁਰਮੁਖਤਾ ਪ੍ਰਗਟੀ। ਗੁਰਮੁਖ ਕਲ ਵਿੱਚ ਪ੍ਰਗਟ ਹੋਇਆ, ਗੁਰਮੁਖਤਾ ਪ੍ਰਗਟਾਈ। ਗੁਰੂ ਦੇ ਸਨਮੁਖ ਰਹਿਣਾ ਇਹ ਚੀਜ਼ ਨਾਯਾਬ ਹੋ ਗਈ, ਇਹਦਾ ਕਾਲ ਪੈ ਗਿਆ ਸੀ। ਲੋਕ ਗੁਰੂ ਧਾਰ ਕੇ ਮੱਥੇ ਟੇਕ ਕੇ ਮੁੜ ਗੁਰੂ ਨਾਲ ਠੱਗੀਆਂ ਕਰਦੇ ਸਨ। ਇਸ ਵਾਸਤੇ ਪ੍ਰਾਪਤ ਕੀ ਹੋਣਾ ਸੀ, ਸਗੋਂ ਸਰਾਪੇ ਜਾਂਦੇ ਸਨ, ਸਰਾਪ ਲੈਂਦੇ ਸਨ। ਆਖਿਆ ਗੁਰਮੁਖਤਾ ਇਸਦੀ ਲੋੜ ਹੈ, ਗੁਰਮੁਖ ਬਣੇ ਕੋਈ, ਗੁਰਮੁਖ ਬਣ ਕੇ ਪ੍ਰਾਪਤ ਕਰੇ। ਕਿਉਂਕਿ ਸਾਰੀਆਂ ਦਾਤਾਂ ਸਾਈ ਨੇ ਗੁਰਮੁਖਾਂ ਵਾਸਤੇ।
ਜਿਤਨੇ ਨਰਕ ਸੋ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਗੁਰਮੁਖਾਂ ਨੂੰ ਕਦੇ ਸੱਤੀ ਵਾਰ ਨਹੀਂ ਲੱਗੀ ਗੁਰਮੁਖ, ਕਿਉਂਕਿ ਗੁਰਮੁਖਾਂ ਨੂੰ ਪ੍ਰਤੀਤ ਹੈ, ਹੈਰਾਨੀ ਹੈ। ਰਾਤੀ ਸੁਪਨੇ ਵਿੱਚ ਬੈਠਾ ਕੀਰਤਨ ਕਰਾਂ ਤੇ ਇਹ ਪ੍ਰਤੀਤ ਦਾ ਪ੍ਰਕਰਨ, ਤੇ ਹੁਣ ਪਤਾ ਨਹੀਂ ਇਹ ਪ੍ਰਤੀਤ ਫਿਰ ਕਿਵੇਂ ਪ੍ਰਕਰਨ ਗੁੰਮ ਗੁੰਮ ਕੇ ਪ੍ਰਤੀਤ ਤੇ ਆ ਗਿਆ, ਖਿਆਲ ਕੋਈ ਨਹੀਂ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਗੁਰਮੁਖ ਕੌਣ ਬਣਦਾ ਜਿਹਨੂੰ ਪ੍ਰਤੀਤ ਹੈ, ਤੇ ਜਿਹਨਾਂ ਨੂੰ ਪ੍ਰਤੀਤ ਨਹੀਂ ਆਈ ਉਹ ਤਾਂ ਖਾਲੀ ਰਹੇ। ਖਾਲੀ ਵੀ ਰਹਿੰਦੇ ਤਾਂ ਚੰਗੇ ਸਨ, ਪਰ ਜਿਹਨਾਂ ਪਾਂਡਿਆਂ ਵਿੱਚ ਪੈਣਾ ਸੀ ਅੰਮ੍ਰਿਤ, ਉਹਨਾਂ ਵਿੱਚ ਪੈ ਗਈ ਗੰਦਗੀ। ਖਾਲੀ ਤਾਂ ਮੁੜ ਵੀ ਚੰਗੇ ਸਨ, ਪਰ ਖਾਲੀ ਵੀ ਨਹੀਂ ਰਹੇ ਪ੍ਰਤੀਤ ਤੋਂ ਬਿਨਾਂ। ਪ੍ਰਤੀਤ ਤਾਂ ਅੰਮ੍ਰਿਤ ਹੈ, ਪ੍ਰਤੀਤ ਤਾਂ ਦਾਤ ਹੈ, ਪ੍ਰਤੀਤ ਤਾਂ ਦਰਗਾਹੀ ਸ਼ੈ ਹੈ ਜਿਹਨੂੰ ਪ੍ਰਾਪਤ ਹੋ ਜਾਏ। ਪਰ ਕਿਹਨਾਂ ਨੂੰ? ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਤੇ ਮਨਮੁਖ ਪਰਮ ਬੁਲਾਇਆ। ਮਨਮੁਖ ਸਦਾ ਪਰਮ ਵਿੱਚ ਬੁੱਲੇ ਹਨ ਔਰ ਭਟਕੇ ਹਨ। ਜੋ ਰਾਹ ਖੁੰਝ ਗਿਆ ਭੁੱਲ ਗਿਆ ਫਿਰ ਭਟਕਦਾ ਹੀ ਫਿਰਿਆ, ਤੋੜ ਤਾਂ ਪਹੁੰਚਣਾ ਨਹੀਂ, ਮੰਜ਼ਲ ਆਉਣੀ ਨਹੀਂ। ਕਲਯੁਗ ਦੇ ਸਮੇਂ ਗੁਰੂ ਨਾਨਕ ਪ੍ਰਗਟਿਆ, ਗੁਰਮੁਖ ਬਣ ਕੇ ਪ੍ਰਗਟਿਆ, ਗੁਰਮੁਖਤਾ ਪ੍ਰਗਟਾਈ, ਗੁਰਮੁਖ ਬਣਾਏ ਆਖਿਆ ਗੁਰਮੁਖ ਗੁਰਮੁਖ। ਬਾਬਾ ਜੀ ਦਾ ਵਚਨ, ਜਦ ਵੀ ਕੋਈ ਗੱਲ ਕਰਨੀ ਆਖਣਾ ਗੁਰਮੁਖ ਗੁਰਮੁਖ। ਸਦਕੇ ਸਿਰਫ ਕਹਿੰਦੇ ਨਹੀਂ ਸਨ, ਬਣਾਉਂਦੇ ਸਨ। ਮਹਾਂਪੁਰਖਾਂ ਦੀ ਨਿਗਾਹ ਵਿੱਚ ਸ਼ਕਤੀ ਹੈ, ਇਸ ਵੇਲੇ ਉਹ ਨਿਗਾਹ ਕਰਦੇ ਹਨ ਤੇ ਨਾਲ ਕਰਦੇ ਹਨ ਬਚਨ। ਉਹ ਬਚਨ ਅਕਸੀਰ ਹਨ, ਜਿਉਂਦਾ ਕਰੇ ਮੁਰਦਿਆਂ ਤਾਈਂ ਜਰਾ ਜਰਾ ਮੁਸਕਾ ਕੇ, ਜਿਉਂਦਾ ਕਰੇ ਮੁਰਦਿਆਂ ਤਾਈਂ ਜਰਾ ਜਰਾ ਮੁਸਕਾ ਕੇ, ਸਿੱਤੇ ਅੰਮ੍ਰਿਤ ਰਸ ਨੂੰ ਮੁਖਤੀ ਮੀਠੇ ਸ਼ਬਦ ਸੁਣਾ ਕੇ। ਉਹਨਾਂ ਦੀ ਰਸਨਾ ਰਸੀ ਹੋਈ, ਕਿਉਂਕਿ ਨਾਮ ਜਪਣ ਵਾਲੀ ਹੈ। ਉਸ ਰਸਨਾ ਦਾ ਬੋਲ ਕਦੇ ਖਾਲੀ ਨਹੀਂ ਜਾਣਾ, ਜੋ ਕੁਝ ਉਹਨਾਂ ਨੇ ਕਹਿਣਾ ਉਹ ਕੁਝ ਹੋ ਜਾਣਾ। ਭਾਵੇਂ ਚਰਨਾਂ ਦੀ ਸੇਵਾ ਕਰੇ, ਭਾਵੇਂ ਪੱਖਾ ਪਾਣੀ ਦੀ ਸੇਵਾ ਕਰੇ, ਪਰ ਨਾਲ ਨਾਮ ਜ਼ਰੂਰ ਜਪੇ। ਸਾਹਿਬ ਆਖਦੇ ਨਾਮ ਜਪੇ ਬਿਨਾਂ ਗੱਲ ਨਹੀਂ ਜਪਣੀ। ਜਵਾਨ ਨੂੰ ਕਦੇ ਵਿਹਲਾ ਨਾ ਰਹਿਣ ਦੇਣਾ, ਪੀਏ ਤਾਂ ਪਾਣੀ, ਪੀਏ ਤਾਂ ਪਾਣੀ ਆਣੀ ਪੀਆ।